ਪਸ਼ਮੀਨਾ ਨਤੀਜਾ ਨੇ ਇਹ ਹੋਣਾ ਨਹੀਂ। ਪਹਿਲਾ ਪਾਕ ਫਰਮਾਉਂਦਾ ਜਿਹੜੇ ਜਾਣਦੇ ਆ ਕਿ ਜਿਹੜਾ ਕਲਾਮ ਤੇਰੇ ਤੇ ਮੁਹੰਮਦ ਰਸੂਲ ਸਲਮ ਉਤਰਿਆ ਹੱਕ ਆ ਤੇਰੇ ਰੱਬ ਦੀ ਤਰਫੋਂ, ਦਿਲੋਂ ਮੰਨਦੇ ਤੇ ਚੱਲਦੇ ਆ, ਇਹ ਉਹਨਾਂ ਦੇ ਬਰਾਬਰ ਕਿਸ ਤਰ੍ਹਾਂ ਹੋ ਸਕਦੇ? ਇਹਨਾਂ ਨੇ ਅੱਖਾਂ ਬੰਦ ਕੀਤੀਆਂ, ਇਹਨੇ ਸਾਰੀ ਉਮਰ ਨਾ ਕੁਰਾਨ ਪੜ੍ਹਿਆ ਨਾ ਖੋਲ੍ਹਿਆ ਨਾ ਵੇਖਿਆ, ਇਮਾਨ ਹੀ ਨਹੀਂ ਹੈ। ਇੰਨਾ ਮਾਜਾ ਤਦਕਰ ਬਾਪ, ਮਗਰ ਹੋਇਆ ਇਸ ਗੱਲ ਦੀ ਸਮਝ ਅਕਲਮੰਦਾਂ ਨੂੰ ਆਉਂਦੀ ਹੈ। ਦੂਜੇ ਆਉਂਦੇ ਉਹ ਕਿਉਂ ਆਉਂਦੇ? ਕੋਠੀਆਂ 'ਚ ਰਹਿ ਰਿਹਾ, ਕਾਰਾਂ 'ਚ ਫਿਰਦੇ, ਇੰਨਾ ਉਹਨਾਂ ਦਾ ਬੈਂਕ ਬੈਲੈਂਸ ਆ, ਇਹਨਾਂ ਨੂੰ ਹੋਸ਼ ਨਹੀਂ ਆਉਂਦੀ। ਇੰਨਾ ਮਾਜਾ ਤਦਕਰ ਬਾਪ, ਜਿਹਨਾਂ ਦੀਆਂ ਅਕਲਾਂ ਦਰੁਸਤ ਨਾ, ਲੁੱਭ ਕੀ ਹੈ? ਲੁੱਭ ਅਰਬੀ ਜ਼ਬਾਨ 'ਚ ਖੁਲਾਸੇ ਨੂੰ ਮਗਜ਼ ਨੂੰ ਆਉਂਦੇ ਆ। ਬਾਦਾਮ ਅਸੀਂ ਖਰੀਦਣੇ, ਕਈ ਗਿਰੀਆਂ ਖਾਲੀ ਨਿਕਲਦੀਆਂ, ਕਈਆਂ 'ਚ ਅੱਛੀ ਗਿਰੀ ਨਿਕਲਦੀ, ਉਹ ਗਿਰੀ ਦਰਮਿਆਨ ਜਿਹੜੀ ਮਗਜ਼, ਉਹਨੂੰ ਅਰਬੀ 'ਚ ਲੁੱਭ ਆਉਂਦੀ। ਮੇਰੇ ਤੁਹਾਡੇ ਚੱਲਾਂ ਨੇ ਕਿਹਾ ਮਗਜ਼ ਕੀ ਹੈ? ਬਾਕੀ ਸਾਰਾ ਧਾੜੀ ਹੈ, ਮੋਟਾ ਤਾਜ਼ਾ, ਖੁਸ਼ਬੂਆਂ ਲਗਾਈਆਂ, ਅੱਛਾ ਲੱਗਦਾ, ਕੀ ਹੈ? ਇਹ ਤਾੜਿਆ ਖੋਲ ਹੈ, ਅੰਦਰ ਮਗਜ਼ ਹੈਗਾ। ਮਗਜ਼ ਅਕਲ ਨੂੰ ਆਖਿਆ, ਉਸ ਅਕਲ ਨੂੰ ਜਿਹੜੀ ਰੱਬ ਨੂੰ ਪਹਿਚਾਣ ਲੈਂਦੀ। ਉਹ ਅਨਪੜ੍ਹ ਹੋਵੇ, ਭੁੱਖਾ ਨੰਗਾ ਹੋਵੇ, ਜਿਹਨੂੰ ਕੁਰਾਨ ਦੇ ਸੱਚਾ ਹੋਣ ਦਾ ਪਤਾ ਲੱਗ ਗਿਆ, ਰਸੂਲਾਂ ਦੇ ਸੱਚਾ ਹੋਣ ਦਾ ਪਤਾ ਲੱਗ ਗਿਆ, ਉਲੁਲ ਅਲਬਾਬ ਮਗਜ਼ ਵਾਲੇ ਲੋਕ ਆ। ਬਾਕੀ ਸਾਰੇ ਖਾਮ ਹੈ, ਔਰ ਬਿਲਕੁਲ ਐਵੇਂ ਇਨਸਾਨ ਖਵਾਉਂਦੇ ਆ, ਇਹਨਾਂ ਨਾਲ ਜ਼ਮੀਨ ਭਰੀ ਵੀ ਹੈ ਅਤੇ ਕੁਛ ਨਹੀਂ। ਅੱਲਾਹ ਦੇ ਰਸੂਲ ਅੱਲਾਹ ਸਲਾਮ ਦਾ ਫਰਮਾਨ ਕਿੱਡਾ ਸੱਚਾ! ਆਪ ਤਸ਼ਰੀਫ ਫਰਮਾ ਸੀ, ਇੱਕ ਸ਼ਖਸ ਗੁਜ਼ਰਿਆ, ਉਹਦਾ ਲਿਬਾਸ ਬਹੁਤ ਉਮਦਾ, ਉਹਦੀ ਸ਼ਕਲ ਬੜੀ ਸੋਹਣੀ, ਮਾਲਦਾਰ ਰਈਸ। ਆਪ ਨੇ ਫਰਮਾਇਆ, ਇਸ ਬੰਦੇ ਦੇ ਬਾਰੇ 'ਚ ਕੀ ਆਉਂਦੇ? ਲੋਕਾਂ ਨੇ ਆਖਿਆ, ਯਾਰ ਰਸੂਲਾ, ਐਡਾ ਹਮ ਆਦਮੀ ਆ, VPI ਆ, ਕਿ ਅਗਰ ਇਹ ਕਿਸੇ ਮਜਲਿਸ ਨਾ ਆਵੇ ਤਾਂ ਇਹਨੂੰ ਸੱਦਿਆਂ ਬਗੈਰ ਲੋਕ ਫੈਸਲਾ ਨਹੀਂ ਕਰਨ, ਇਹਨੂੰ ਬੁਲਾਉਣਾ ਪੈਂਦਾ। ਔਰ ਅਗਰ ਰਿਸ਼ਤਾ ਮੰਗੇ, ਕੋਈ ਨਾ ਨਹੀਂ ਕਰ ਸਕਦਾ, ਸਿਫਾਰਿਸ਼ ਕਰੇ ਰੱਦ ਨਹੀਂ ਕਰ ਸਕਦਾ। ਮੁੜ ਕੇ ਇੱਕ ਦਰਵੇਸ਼ ਲੰਘਿਆ, ਜਿਹੜਾ ਅੱਖਾਂ ਦਾ ਸੁਜਾਕ, ਦਿਲ ਦਾ ਸੁਜਾਕਾ ਸੀ, ਹੈ ਗਰੀਬ ਸੀ, ਉਹਦੀ ਹਾਲਤ ਮਾੜੀ ਵੇਖ ਕੇ ਆਪ ਨੇ ਫਰਮਾਇਆ ਇਹਦੇ ਬਾਰੇ, ਕਹਿਣ ਲੱਗੇ, ਅੱਲਾਹ ਦੇ ਰਸੂਲ, ਕਿਸੇ ਦਰਵਾਜ਼ੇ 'ਤੇ ਜਾਏ ਲੋਕ ਧੱਕਾ ਦੇ ਕੇ ਮੁੜ ਦੇਣ, ਔਰ ਕਿਸੇ ਮਜਲਿਸ ਨਹੀਂ ਇਹਨੂੰ ਬੁਲਾਇਆ ਜਾਂਦਾ, ਮਸ਼ਵਰੇ ਵੀ ਰਿਸ਼ਤਾ ਮੰਗੇ ਕਿਸੇ ਨਹੀਂ ਦੇਣਾ। ਆਪ ਨੇ ਫਰਮਾਇਆ, ਪਹਿਲਾ ਜਿਹੜਾ ਲੰਘਿਆ ਨਾ, ਉਹੋ ਜਿਹਾ ਨਾ ਜ਼ਮੀਨ ਭਰੀ ਹੋਵੇ ਨਾ, ਅਤੇ ਕਿਆਮਤ ਦੇ ਨੇ ਮਸਕੀਨ ਜਿਹੜਾ ਅੱਲਾਹ ਦੇ ਤਰਾਜ਼ੂ 'ਚ ਉਹਨਾਂ ਨਾਲ ਵਧ ਨਹੀਂ ਨਿਕਲਣਾ, ਉਹ ਸਾਰੇ ਹਾਰ ਜਾਣੇ ਆ। ਅੱਲਾਹ ਦੇ ਨਜ਼ਦੀਕ ਇਹਦੀ ਕਦਰ ਹੈ, ਤੁਸੀਂ ਦੁਨਿਆਵੀ ਅੱਖਣਾ ਵੇਂਦੇ, ਤੁਸੀਂ ਇੰਨੇ ਦੇ ਜਿਹੜੇ ਹਿਸਾਬ ਕਰਦੇ ਫਲਾਣੇ ਕੋਲ ਪੈਸਾ ਇੰਨਾ, ਅਤੇ ਆਹ ਕੋਈ ਸ਼ੈ ਨਹੀਂ। ਅੱਲਾਹ ਪਾਕ ਨੇ ਫਰਮਾਇਆ, ਉਹ ਜਿਹਨਾਂ ਦੇ ਦਿਲ ਅੰਨੇ ਹੋ ਚੁੱਕੇ ਨਾ, ਇਹ ਉਹਨਾਂ ਦੇ ਬਰਾਬਰ ਨਹੀਂ ਹੋ ਸਕਦੇ ਜਿਹਨਾਂ ਨੂੰ ਕੁਰਾਨ ਦੀ ਰੋਸ਼ਨੀ ਨਸੀਬ ਹੋਊਗੀ। ਇਹ ਇਮਾਨ ਉਹਨਾਂ ਹੀ ਲਿਆਉਣਾ ਜਿਹਨਾਂ ਦੀਆਂ ਅਕਲਾਂ ਦਰੁਸਤ ਆ, ਸਹੀ ਸੋਚਦੇ ਆ, ਫਿਕਰ ਕਰਦੇ ਆ। ਅਤੇ ਦੁਨੀਆਂ 'ਚੋਂ ਬੇਫਿਕਰਿਆਂ ਦਾ ਕੀ ਹਾਲ? ਫਿਕਰ ਸਭ ਤੋਂ ਬੜੀ ਗੱਲ ਹੈ, ਫਿਕਰ ਹੀ ਆ, ਜਿਹਦੇ ਲਈ ਅੱਲਾਹ ਪਾਕ ਨੇ ਕੁਰਾਨ ਮਜੀਦ ਦੇ ਇੱਕ ਸੂਰ 'ਚ ਆਖਿਆ, ਵੀ ਮੈਂ ਇੰਨਾ ਮਾਇਜ਼ ਹੁਕਮ ਵਿਵਾਹਿਤ। ਇਹ ਰਸੂਲਿਆਂ ਨੂੰ ਕਹਿੰਦੇ, ਯਾਰ ਮੈਂ ਇੱਕ ਗੱਲ ਤੁਹਾਨੂੰ ਮਾਨਾ, ਰੱਬ ਦਾ ਵਾਸਤਾ ਮੈਨੂੰ ਮੰਨ ਲਓ, ਇਕੱਲੇ ਬਹਿ ਕੇ ਜਾਂ ਇਕੱਠਿਆਂ ਬਹਿ ਕੇ, ਕਦੀ ਸੋਚੋ ਤੁਸੀਂ ਵੀ ਮੈਂ ਪਾਗਲਿਆਂ ਜਿਹੜਾ ਇੰਨਾ ਖਪ ਰਿਹਾ? ਮੇਰੀ ਗੱਲ 'ਤੇ ਧਿਆਨ ਦੇ ਦਿਓ, ਤਤਫਕਰ ਸੋਚ ਲਓ, ਜਿਹੜਾ ਸੋਚੂਗਾ ਅੱਲਾਹ ਤਾਲਾ ਬਿਲਕੁਲ ਖੋਲ੍ਹ ਦੂਗਾ ਰੋਸ਼ਨਦਾਨ ਅਤੇ ਹਦਾਇਤ ਮਿਲੂ। ਬਿਨੇ ਸੋਚਣਾ ਹੀ, ਖਾਓ ਪੀਓ ਤਾਂ ਸੌਂ ਰਹੋ ਅਤੇ ਮਰ ਜਾਓ। ਐਸੇ ਲੋਕ ਜਿਹੜੇ ਅੱਲਾਹ ਤਾਲਾ ਵੀ ਉਹਨਾਂ ਨੇ ਆਂਦਾ, ਉਹ ਆਪ ਬੇਨਿਆਜ਼ ਹੋਏ, ਉਹਨਾਂ ਆਖਿਆ ਸਾਨੂੰ ਨਹੀਂ ਹਦਾਇਤ ਚਾਹੀਦੀ, ਬਸ ਸਕਣ। ਅੱਲਾਹ ਨੇ ਆਖਿਆ, ਮੈਂ ਤੁਹਾਡੇ ਤੋਂ ਜ਼ਿਆਦਾ ਤੁਹਾਡੇ ਤੋਂ ਬੇਜ਼ਾਰ ਹਾਂ, ਦਫਾ ਹੋ ਜਾਓ, ਅੱਗੇ ਜਾ ਕੇ ਸੜਦੇ ਰਹੋ, ਹਦਾਇਤ ਦੇ ਤਾਰਬ ਜਿਹੜੇ ਉਹਨਾਂ ਨੂੰ ਮੈਂ ਹਦਾਇਤ ਦੇਣ। ਇਸ ਤੋਂ ਅੱਲਾਹ ਪਾਕ ਹੁੰਦਾ ਨਾਬੀਨੇ, ਔਰ ਕੁਰਾਨ 'ਤੇ ਇਮਾਨ ਰੱਖਣ ਵਾਲੇ ਬਰਾਬਰ ਨਹੀਂ ਹੋ ਸਕਦੇ। ਇਹ ਜਿੰਨਾ ਮਰਜ਼ੀ ਪੜ੍ਹ ਚੜ੍ਹਨੇ ਆ, ਰੋਸ਼ਨੀ ਸਿਰਫ ਹੱਕ ਵਾਲਾ। ਅੱਲਜ਼ੀਨ ਯੂਫੂਨ ਬਿਅਹਦਿੱਲਾਹ ਵਲਾ ਯਨਕੁਜ਼ੂਨ ਮੀਸਾਕ ਵੱਲਜ਼ੀਨ ਯਸਅਲੂਨ ਮਾ ਅਮਰ ਅੱਲਾਹ ਬਿਹਿ ਯੂਸਅਲਾ ਵਯਖਸ਼ੂਨ ਰੱਬਹੁਮ ਵਯਖਾਫੂਨ ਯੌਮ ਅਲ-ਹਿਸਾਬ। ਕੁਰਾਨ ਮਜੀਦ ਦਾ ਅੰਦਾਜ਼ ਹੈ ਵੀ ਉਹ ਦੋ ਤਸਵੀਰਾਂ ਇਕੱਠੀਆਂ ਲਿਆਉਂਦਾ, ਅੱਛੇ ਲੋਕ ਵੀ ਵਿਖਾ ਦਿੰਦਾ, ਬੁਰੇ ਵੀ ਵਿਖਾ ਦਿੰਦਾ। ਇੱਧਰ ਜੰਨਤ ਦਾ ਬਿਆਨ ਹੋ ਰਿਹਾ, ਇੱਧਰ ਦੋਜ਼ਖ ਮੁਤਜ਼ਾਦ, ਤਾਂ ਕਿ ਲੋਕ ਫਰਕ ਕਰਨ, ਖੁਸ਼ਬੂ ਵੀ ਕੋਲ ਹੋਵੇ, ਬਦਬੂ ਵੀ ਹੋਵੇ, ਆਪਣੇ ਨੱਕ ਨਾਲ ਫੈਸਲਾ ਕਰਨ ਵੀ ਸਹੀ ਕਿਹੜਾ। ਅੱਲਾਹ ਨੇਕਾਂ ਦਾ ਵੀ ਤਜ਼ਕਰਾ ਕਰਤਾ ਕਿ ਜਿਹੜੇ ਦਿਲ ਦੇ ਹੈ ਨਾ ਸੁਜਾਖੇ, ਅਤੇ ਜਿਹੜੇ ਅਕਲਮੰਦ, ਉਹਨਾਂ ਦਾ ਤਰੀਕਾ ਕੀ?